மந்தரியா நான் செய்யும் பொரே ஜன்னா பாக மதாயே சுத்தடே சுகி சமன்னா ஜோரத்தே சை அப்புனே பேம் சுகா பிரிசோ அட்டே பைர் லவன் சுத்தடே அசங் மாயா சுத்தி காரணே நான் குசே ஜகன்னா ਜਦੋਂ ਇਨਸਾਨ ਸਮਾਧ ਮੰਤਰੀ ਆਉਂਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਉਹਦੀ ਮੌਤ ਦਾ ਦਿਨ ਵਿੱਚ
ਕੀਤਾ ਜਾਂਦਾ ਹੈ ਕਿ ਬਾਬੇ ਦਿਖਾਏ ਅਟਲ ਮੈਂ ਆਏ ਕਿ ਭਾਈ ਤੂੰ 20 ਸਾਲ ਜੀਏਗਾ 40 ਸਾਲ ਪੰਜਾਬ ਦੇ 100 ਸਾਲ ਇਹ ਜਨਮ ਤੋਂ ਪਹਿਲਾਂ ਹੀ ਭਾਈ ਜੀ ਦਿੱਤਾ ਜਾਂਦਾ ਮੌਤ ਕੀ ਹੈ ਕਿ ਪੰਜਾਬ ਦੀ ਪੰਜਾਬ ਨੂੰ ਲੈ ਜਿਸ ਦੀ ਮਾਰ ਤੋਂ ਕੋਈ ਵੀ ਨਹੀਂ ਬਚ ਸਕੇਗਾ ਨਬੀ ਜਦ ਆਏ ਤੇ ਕੋਲੀ ਨੂੰ ਆਏ ਤੇ ਮੁਤਾਰ ਆਏ ਨੇ ਸਾਰੇ ਮੌਤ ਨੂੰ ਆਪਣੀ ਵਾਰੀ ਦੇ ਨਾਲ ਜਾਣਾ ਪਿਆ ਚਾਰੇ ਪਾਸੇ ਸਤਿਗੁਰਾਂ ਦਾ ਅਵਤਾਰ ਹੋਇਆ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਬਖਸ਼ ਕੀਤੀ ਹੈ ਕਿ ਬੰਦਿਆ ਸੁੱਖ ਵਿੱਚ ਵੀ ਉਸ ਮਾਲਕ ਨੂੰ ਯਾਦ ਰੱਖਣਾ ਹੈ ਤੇ ਦੁੱਖ ਵਿੱਚ ਵੀ ਜੇ ਸੁੱਖ ਦਿੱਤਾ ਦੂਜੀ ਪ੍ਰਾਤੀ ਦੁੱਖ ਵੀ ਦੁਖੇਤੀ ਇਹ ਤੁਰਕੀ ਬਾਣੀ ਹੈ ਜੋ ਸਾਰੀਆਂ ਚਿੰਤਾਵਾਂ ਭਾਈ ਗੁਰੂ ਰੱਖ ਦਿੰਦੀ ਹੈ ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮੈਂ ਕਰ ਲਈ ਅੱਜ ਕੱਲ੍ਹ ਤੱਕਿਆ ਮੇਰੇ ਵੀਰ ਗੁਰਬਾਣੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰੱਬ ਦੀ ਅਵਸਥਾ ਦੇ ਵਿੱਚ ਬੈਠੇ ਭਾਈ ਮਾਲਾ ਦੇ ਭਾਈ ਪ੍ਰਗਟਾਵਾਂ ਦੇ ਸਤਿਗੁਰਾਂ ਦੇ ਨਾਲ ਦੇ ਸਤਿਗੁਰਾਂ ਲੱਗੇ ਭਲਿਓ ਤੁਹਾਡੇ ਨਾਲ ਅੱਜ ਮੌਤ ਦੇ ਸੰਬੰਧ ਵਿੱਚ ਕੁਝ ਵਿਚਾਰ ਕਰਦੀ ਹਾਂ ਕਿ ਮੌਤ ਕੀ ਹੈ ਮੌਤ ਸਾਹ ਸੰਗੀ ਇਹੋ ਜਿਹੀ ਬਲਾ ਹੈ ਜਦੋਂ ਕਿਤੇ ਸਵੇਰੇ ਸਵੇਰੇ ਨਾ ਲਿਆ ਦੇਗੀ ਨਾ ਕਈ ਬੰਦੇ ਸਗਨ ਵਿੱਚ ਹੋਣਗੇ ਕਹਿਣਗੇ ਭਾਈ ਸਾਹਿਬ ਜੀ ਸਵੇਰੇ ਸਵੇਰੇ ਮੌਤ ਦੀਆਂ ਗੱਲਾਂ ਕਰਦੇ ਆ ਪਰ ਪਾਤਸ਼ਾਹ ਵੀ ਕਿ ਵੇਖੀ ਜਾਂਦੇ ਮੌਤ ਨੂੰ ਹਮੇਸ਼ਾ ਯਾਦ ਰੱਖੀ ਜਾਂਦਾ ਮਰਨਾ ਸੱਚ ਹੈ ਜਿਉਣਾ ਝੂਠ ਹੈ ਇਹ ਪਤਾ ਨਹੀਂ ਕਿਹੜੇ ਬੋਲ ਕੇ ਆ ਕੇ ਤੇਰੇ ਸਵਾਸਾਂ ਦੀ ਦੌਰ ਮੁੱਕ ਜਾਣੀ ਹੈ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਸਤਸੰਗ ਜੀ ਸਾਡੀ ਮੌਤ ਕਿਸ ਤਰ੍ਹਾਂ ਹੋਣੀ ਹੈ ਕਿੱਥੇ ਹੋਣੀ ਹੈ ਤੇ ਕਿਹੜੀ ਜਗ੍ਹਾ ਤੇ ਪਾਤਸ਼ਾਹ ਜੀ ਕਹਿੰਦੇ ਕਿਆ ਜਾਣਾ ਕਿ ਮਰੇਂਗੇ ਕੈਸਾ
कर देना Thank you.
ਗੈਰ ਰਾਤ ਨੂੰ ਜਾਣਾ ਨਹੀਂ। ਗੁਰਮਤੀ ਹਰ ਹਰ ਭੁੱਲੇ ਹਰ ਪ੍ਰੇਮ ਗਸਾਈ ਦਿਲ ਸਰਾਤ ਹਰ ਲੈ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਧਨ ਕੁਮੰਤਰੀਆ ਨਾਨਕ ਸੇ ਪੁਰੇ ਜਿੰਨਾ ਭਾਗ ਥਾਹੀ ਸੁਤੜੇ ਸੁਖੀ ਸਵੰਨ ਚੋਰ ਤੇ ਸੈ ਆਪਣਾ ਪੇਮ ਛੋ ਆਪਣੀ ਸੋ ਅੱਠੇ ਪਹਿਰ ਲਵਨ ਸੁਤੜੇ ਅਸੰਗ ਮਾਇਆ ਝੂਠੀ ਕਾਰਨੇ ਨਾਨਕ ਸੇਵ ਜਾ ਕੰਨ ਜੇ ਅਸਨਾ ਨਾਮ ਕੀਰਤਾ ਸੁਪੁੱਤਰ ਅਤੇ ਸਰਦਾਰ ਨਿਰਮਲ ਸਿੰਘ ਜੀ ਸਮੂਹ ਪਰਿਵਾਰ ਮਿਲ ਕਰਕੇ
ਪਾਸੋਂ ਲੋਕਾਂ ਤੋਂ ਕੀ ਬਾਣੀ ਆਏ ਤੇ ਸਭ ਦੇ ਚਿੰਤ ਲਗਾਏ ਤੇ ਸ੍ਰੀ ਅਖੰਡ ਜਾਪ ਪਰਮੇਸ਼ਰ ਸੰਤੂਰ ਨਾਲ ਅਮਰਦਾਸ ਆਪ ਸਭ ਜੀ ਨੇ ਸਿੱਧ ਕੀਤੀ ਹੈ। ਗੁਰੂ ਰੂਪਾਂ ਸਾਧ ਸੰਤ ਜੀ ਨੂੰ ਕਿਰਪਾ ਕਰਨ ਸੰਤ ਰਹਿਮ ਕਰਨ ਵਿਛੜੀ ਆਪਣ ਆਪਣੇ ਚਰਨ ਚ ਨਿਵਾਸ ਵਸਿਸ਼ਕਤ ਪਰਵਾਸ ਭਾਣ ਉਹਨਾਂ ਨੇ ਬਾਲ ਬੁੱਧ ਸਮਰਥ ਵਿਸ਼ਿਸ਼ ਕਰ ਲਿਆ। ਸਮਾਂ ਬਹੁਤ ਸੀਮਤ ਹੈ, ਸੀਮਤ ਸਮੇਂ ਚ ਰਹਿ ਕਰਕੇ ਖਿਮਾ ਦੇ ਵਿੱਚ ਜਾ ਚੁੱਕਾ ਹੁੰਦਾ ਹੈ। ਗੁਰੂ ਪਿਆਰੇ ਸਾਹਿਬ ਸੰਗਤ ਜੀ ਨੂੰ ਮੌਲ ਅਕਟਲ ਸਜਾਣੀ ਹੈ। ਗੁਰੂ ਰੂਪ ਸਾਧ ਸੰਗਤ ਜੀ ਇੱਕ ਮਹਾਰਾਜਾ ਜਿਸਦਾ ਨਾਮ ਵਿਕਰਮਜੀਤ ਹੋਇਆ ਹੈ, ਬੜਾ ਧਰਮੀ ਤੇ ਨੇਕ ਇਨਸਾਨ ਹੋਇਆ ਹੈ। ਗੁਰੂ ਪਿਆਰੇ ਸਾਹਿਬ ਸੰਗਤ ਜੀ ਉਹਦਾ ਇੱਕੋ ਇੱਕ ਲਗਤਾ ਜਿਗਰ ਪੁੱਤਰ ਹੈ, ਪਰ ਸਮੇਂ ਦੇ ਮੁਤਾਬਕ ਉਹ ਬਿਮਾਰ ਹੋ ਗਿਆ। ਬੜੇ ਰਾਜੇ ਨੇ ਵੈਦ ਸਾਡੇ ਇਲਾਜ ਕਰਾਇਆ, ਪਰ ਉਹ ਠੀਕ ਨਹੀਂ ਹੋ ਰਿਹਾ ਹੈ। ਦਿਨੋ ਦਿਨ ਉਹਦੀ ਬਿਮਾਰੀ ਦੇ ਵਿੱਚ ਵਾਧਾ ਹੋ ਰਿਹਾ ਹੈ। ਬੜਾ ਚਿੰਤਤ ਹੈ ਕਿ ਇੱਕੋ ਇੱਕ ਪੁੱਤਰ ਪਰਮੇਸ਼ਰ ਨੇ ਦਿੱਤਾ ਹੈ, ਉਹ ਵੀ ਬਰਬਾਦ ਬਿਮਾਰੀ ਦਾ ਗ੍ਰਸਤ ਹੈ। ਪਤਾ ਨਹੀਂ ਕਦੋਂ ਵਿਛੋੜਾ ਪੈ ਜਾਣਾ ਹੈ। ਰਾਜੇ ਹੁਣ ਦੇ ਨਾਤੇ ਦੁਨੀਆਂ ਦਾ ਕੋਈ ਵੈਦ ਨਹੀਂ ਛੱਡਿਆ, ਜਿੱਥੇ ਕੋਈ ਦੱਸੇ ਉਸ ਵੈਦ ਨੂੰ ਬੁਲਾ ਕਰਕੇ ਉਸ ਆਪਣੇ ਪੁੱਤਰ ਦਾ ਇਲਾਜ ਕਰਾਉਣਾ ਕੀਤਾ। ਪਰ ਕਿਸੇ ਦੇ ਵੀ ਵੈਦ ਤੇ ਦਵਾਈ ਨੇ ਉਹਦਾ ਰੋਗ ਨੂੰ ਫਰੋਕ ਨਹੀਂ ਪਾ ਰਿਹਾ ਹੈ। ਰੋਗ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਉਸ ਬੱਚੇ ਦੀ ਮਾਤਾ ਪਾਵ ਰਾਣੀ ਜਿਹੜੀ ਹੈ, ਉਹ ਸਰਾਣਿਆਂ ਦੇ ਬੈਠੀ ਆਪਣੇ ਬੱਚਿਆਂ ਦੇ ਮੁੱਖੜੇ ਦਾ ਖਲੋਸ ਰਹੀ ਹੈ। ਚਿੰਤ ਅੱਖਾਂ ਵਿੱਚੋਂ ਨੀਰ ਵਗ ਰਹੇ ਹਨ। ਜਿਹੜਾ ਪਿਤਾ ਮਹਾਰਾਜਾ ਹੈ ਉਹ ਚਰਨਾਂ ਨੂੰ ਬੈਠਾ, ਪੈਰਾਂ ਨੂੰ ਬੈਠਾ ਆਪਣੇ ਪੁੱਤਰ ਦੇ ਜੋ ਵਿੱਚ ਵੜ ਕੇ ਰਾਜ ਕਰਕੇ ਚਿੰਤ ਹੈ। ਪਰ ਚਿੰਤਤ ਹੋਣ ਕਰਕੇ ਮਨ ਵਿੱਚ ਕਈ ਖਿਆਲ ਆਉਂਦੇ ਹਨ। ਚਿੰਤਤ ਹੋਣ ਕਰਕੇ ਕਈ ਸਮਾਂ ਬੀਤ ਗਿਆ, ਨੀਂਦ ਨਹੀਂ ਆ ਰਹੀ। ਪਰ ਨੀਂਦ ਕਹਿੰਦੇ 16 ਤੇ ਵੀ ਆ ਜਾਂਦੀ ਹੈ ਤੇ ਉਸ ਨੂੰ ਝਪਕ ਲੱਗੀ। ਝਪਕ ਲੱਗਦਿਆਂ ਹੀ ਸੁਪਨਾ ਚੱਲ ਪਿਆ ਕਿ ਰਾਜੇ ਦਾ ਵਿਆਹ ਹੋਇਆ ਤੇ ਉਹਦੇ ਘਰ 7 ਪੁੱਤਰ ਹੋਏ ਹਨ। 7 ਪੁੱਤਰਾਂ ਨੂੰ ਵਿਆਹਣਾ ਕੀਤਾ ਹੈ, 9 ਘਰ ਆਈਆਂ ਹਨ। ਬੜੀ ਖੁਸ਼ੀ ਹੈ, ਪਰਿਵਾਰ ਵਿੱਚ ਬੈਠ ਕਰਕੇ ਉਹ ਖੁਸ਼ ਹੋ ਰਿਹਾ ਹੈ। ਤੇ ਜਿਹੜਾ ਪਰਿਵਾਰ ਵਿੱਚ ਬੈਠਾ ਹੈ ਤੇ ਭੋਜਨ ਪੱਕਿਆ ਹੈ ਤੇ ਭੋਜਨ ਛਕਣ ਲੱਗਾ ਹੈ, ਪਰਿਵਾਰ ਵਿੱਚ ਬੈਠਾ ਸੁਪਨੇ ਦੇ ਵਿੱਚ ਬੈਠਾ ਹੀ, ਜਦੋਂ ਮੁਰਗੀ ਤੋੜ ਕਰਕੇ ਮੂੰਹ ਚ ਪਾਣੀ, ਗੁਰੂ ਪਿਆਰੇ ਸਾਹਿਬ ਧਾ ਮਾਰਨ ਦੇ ਕਾਰਨ ਕਰਕੇ ਰਾਜੇ ਦੀ ਜਿਹੜੀ ਅੱਖ ਖੁੱਲ ਗਈ, ਉਹ ਇੱਕ ਅੱਖ ਖੁੱਲ ਕਰਕੇ ਜਦੋਂ ਜਾਗਿਆ ਹੈ, ਪੁੱਤਰ ਨੂੰ ਮਰਿਆ ਹੋਇਆ ਦੇਖ ਕਰਕੇ ਤੇ ਉਹ ਹੱਸ ਪਿਆ। ਰਾਣੀ ਨੇ ਸੋਚਿਆ ਕਿ ਰਾਜਾ ਜਿਹੜਾ ਪੁੱਤਰ ਦਾ ਵਿਛੋੜਾ ਝੱਲ ਨਹੀਂ ਸਕਿਆ ਤੇ ਪਾਗਲ ਹੋ ਗਿਆ, ਸਦਮਾ ਝੱਲ ਨਹੀਂ ਸਕਿਆ, ਖੁਸ਼ ਹੋ ਰਿਹਾ, ਹੱਸ ਰਿਹਾ ਹੈ। ਰਾਜੇ ਨੂੰ ਪੁੱਛਣਾ ਪੁੱਤਰ, ਸਵਾਮੀ ਤੁਸੀਂ ਹੱਸ ਕਰੇ, ਪੁੱਤਰ ਦੀ ਲਾਸ਼ ਕੋਲ ਪਈ ਹੈ, ਤੁਸੀਂ ਹੱਸ ਰਹੇ ਹੋ। ਕਹਿੰਦਾ ਭਾਗਵਾਨ ਨੇ, ਮੈਂ ਸੁਪਨੇ ਦੇ ਵਿੱਚ ਮੇਰਾ ਵਿਆਹ ਦਾ 7 ਪੁੱਤਰ ਹੋਏ, 7 ਪੁੱਤਰਾਂ ਨੂੰ ਵਿਆਹ, 9 ਘਰਾਈਆਂ ਪੁੱਤ ਪੋਤਰ ਖੇਡ ਰਿਹਾ ਸੀ। ਜਦੋਂ ਜਾਗਿਆ ਮੈਂ ਵੇਖਿਆ ਕਿ ਇਹ ਜਿਹੜਾ ਕੋਲ ਪੁੱਤਰ ਇਹ ਵੀ ਨਹੀਂ ਰਿਹਾ ਤੇ ਜਿਹੜੇ 7 ਪੁੱਤਰ ਸੀ ਉਹ ਵੀ ਨਹੀਂ ਰਹੇ। ਹੁਣ ਤੂੰ ਦੱਸ ਕਿ ਮੈਂ 7 ਨੂੰ ਰੂਹਾਂ ਕਿ ਇੱਕ ਨੂੰ ਰੂਹਾਂ। ਮੈਨੂੰ ਸਮਝ ਆ ਗਈ ਕਿ ਇਹ ਬੰਦ ਅੱਖ ਦਾ ਸੁਪਨਾ ਸੀ ਤੇ ਖੁੱਲੀ ਅੱਖ ਦਾ ਸੁਪਨਾ। ਸਤਿਗੁਰੂ ਜੀ ਬਾਣੀ ਚ ਕਹਿੰਦੇ, ਫਿਰ ਘਰ ਕੁਛ ਨਹੀਂ ਜੋ ਸੁਪਨੇ ਸੰਸਾਰ। ਸੰਸਾਰ ਦੇ ਵਿੱਚ ਕੋਈ ਜਿਹੜੀ ਵਸਤੂ ਟਿਕਣ ਵਾਲੀ ਨਹੀਂ ਹੈ, ਹਰ ਇੱਕ ਨੇ ਕਹਿੰਦੇ ਬਿਨ ਸਜਾਣਾ ਹੈ ਤੇ ਭਾਵ ਇਸ ਕਰਕੇ ਸਤਿਗੁਰੂ ਕਹਿੰਦੇ ਇਹ ਮਨਾ, ਆਓ ਆਪਾਂ ਰੰਗ ਜਿੱਥੇ ਪਾਸੋਂ ਵੈਰਾਗ ਮੈਂ ਸੰਤ ਸਰਵ ਕਰੀਏ, ਦੁਨੀਆਂ ਤੋਂ ਲੱਖ ਲੱਖ ਦੇ ਵਾਸਤੇ ਸਮੰਤ ਵਰਸ਼ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਨਾ ਪਤੈ ਜੋ ਮਾਇਆ ਸੋ ਚੱਲ ਸੀ,
ਕਿਉਂ ਸਾਹੇ ਮਨੋਂ ਵੀ ਸਾਰੀ ਜੇ ਮਰਜ਼ੀ ਨੀ ਲਿਖਿਆ ਨਾ ਨਾ ਕਰ ਪਰ ਸੀਸ
Oh.
ਪਾਵਰ ਦੀ ਪਵਿੱਤਰ ਸ਼ਕਤੀ ਬਾਬਾ ਫਰੀਦ ਜੀ ਉਹਨਾਂ ਦਾ ਉਚਾਰ ਕਰਦਾ ਹੋਇਆ ਹੈ। ਬਾਬਾ ਫਰੀਦ ਜੀ ਇੱਕ ਬਗਲੇ ਦੀ ਉਦਾਰ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਫਰੀਦਾ ਦਰਿਆ ਦੇ ਅੰਦਰ ਬਗਲਾ ਬੈਠਾ ਲੱਗੇ ਇਹਦੇ ਜਿਸ ਤਰ੍ਹਾਂ ਦਰਿਆ ਦੇ ਕੰਢੇ ਦੇ ਉੱਤੇ ਬੈਠਾ ਬਗਲਾ ਹੈ ਨਾ ਕਈ ਤਰ੍ਹਾਂ ਦੇ ਚੋਜ ਕਰਦਾ ਹੈ ਕਦੀ ਪਾਣੀ ਵਿੱਚ ਚੂਜਾ ਮਾਰਦਾ ਹੈ ਕਦੀ ਪਾਣੀ ਦੇ ਵਿੱਚੋਂ ਬਾਹਰ ਮਾਰਦਾ ਹੈ ਪਰ ਉਹ ਬਗਲੇ ਨੂੰ ਪਤਾ ਨਹੀਂ ਹੈ ਜਿੱਤੇ ਬਾਜ ਪਏ ਕਿ ਬਾਜ ਆਵੇਗਾ ਚਪਟ ਮਾਰ ਕੇ ਉਸ ਨੂੰ ਲੈ ਜਾਵੇਗਾ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਆਪਣੇ ਜੀਵਨ ਕਾਲ ਦੇ ਦੌਰਾਨ ਬੜੇ ਕੰਮ ਧੰਦੇ ਬਿਜਨਸ ਕਰਦੇ ਹਾਂ ਪਤਾ ਨਹੀਂ ਸਤਸੰਗ ਜੀ ਉਸ ਮਾਲਕ ਦਾ ਬੁਲਾਵਾ ਕਦੋਂ ਆ ਜਾਣਾ ਹੈ। ਆਪ ਸਭ ਜਿਹੜਾ ਬੈਠੇ ਹੋ ਉਸ ਵਿਸ਼ਵੀ ਆਤਮਾ ਬਾਪੂ ਗਿਆਨ ਸਿੰਘ ਜੀ ਦੇ ਨਿਮਿਤ ਜੋ ਪ੍ਰਭਾਵ ਨੂੰ ਸਮਾਂ ਪਹਿਲਾਂ ਵਿਛੋੜਾ ਜੀ ਕਰਕੇ ਗੁਰੂ ਚਰਨਾਂ ਦੇ ਵਿੱਚ ਯਾਦ ਰੱਖਿਆ ਗੁਰਬਾਣੀ ਦਾ ਫਰਮਾਨ ਹੈ ਰਾਣਾ ਰਾਮ ਨਾ ਹੋਰ ਹੈ ਰੰਗ ਦਾ ਤੁਰ ਫਕੀਰ ਮਾਰੀ ਆਪੋ ਆਪਣੀ ਕੋਈ ਨਾ ਬੰਦੇ ਜੋ ਆਇਆ ਸੋ ਜਲ ਸੀ ਸਭ ਕੋਈ ਆਈ ਵਾਲੀ ਸਾਰਿਆਂ ਨੇ ਪਾਈ ਆਪੋ ਆਪਣੀ ਬਾਣੀ ਦੇ ਨਾਲ ਇਸ ਫਾਨੀ ਦੁਨੀਆਂ ਨੂੰ ਹਲ ਮਿਲਾ ਕੇ ਜਾਣਾ ਹੈ। ਬਾਪੂ ਗਿਆਨ ਸਿੰਘ ਜੀ ਉਹਨਾਂ ਕਿਤਨੇ ਬਾਲ ਦੇ ਵਿਸ਼ਵਾਸਾਂ ਦੀ ਪੂਰੀ ਬਖਸ਼ ਕੀਤੀ ਸੀ ਕੁਛ
ਛੋਟੀ ਅਨਸਾਰ ਬਚਨ ਦਾ ਜਤਨ ਕਰਨ ਦਾ ਹੈ ਕਿ ਮੈਂ ਵਾਲੇ ਪਾਤਸ਼ਾਹ ਜਦੋਂ ਤੋਂ ਮੈਨੂੰ ਆਪ ਜੀਨਾ ਦਾ ਸੰਗ ਵੀ ਪ੍ਰਾਪਤ ਹੋਇਆ ਸੀ ਨਾ ਮੈਂ 100 ਸਾਲ ਦਾ ਅੰਦਾਜ਼ਾ ਲਗਾ ਕੇ ਬੈਠਾ ਸੀ ਕਿ ਜਿਹੜੀ ਮੇਰੀ ਉਮਰ ਹੈ ਨਾ ਤਕਰੀਬਨ 100 ਸਾਲ ਹੋਵੇਗੀ ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਸਾਰੇ 100 ਸਾਲ ਦਾ ਅੰਦਾਜ਼ਾ ਲਗਾ ਕੇ ਬੈਠੇ ਹਾਂ ਕਿ ਵੱਧ ਤੋਂ ਵੱਧ ਸਾਡੀ ਉਮਰ 100 ਸਾਲ ਹੋਵੇ ਪਰ ਕਹਿ ਵੀ ਨਿਵਾਜ ਪਾਤਸ਼ਾਹ ਜਦੋਂ ਤੋਂ ਆਪ ਜੀ ਦਾ ਸੰਗ ਕੀਤਾ ਹੈ ਨਾ ਹੁਣ ਮੈਂ ਸੋਚਦਾ ਸਵੇਰ ਦਾ ਸੂਰਜ ਚੜ੍ਹਦਾ ਦੇਖਿਆ ਇਹ ਸਭ ਦਾ ਸ਼ਾਮ ਦਾ ਜੋੜਾ ਦੇਖੀਏ ਕਿ ਨਾ ਮੇਰੇ ਗੁਰੂ ਨਾਨਕ ਪਾਤਸ਼ਾਹ ਮੁਸਕਰਾਏ ਕਹਿਣ ਲੱਗੇ ਭਲਿਓ ਇਤਨੀ ਦੂਰ ਬਹੁਤ ਅੰਦਾਜ਼ਾ ਲਗਾ ਕੇ ਬੈਠੇ ਤਾਂ ਦੋਨਾਂ ਜਣਿਆਂ ਨੇ ਹੱਥ ਜੋੜ ਲਿਆ ਬਖਸ਼ੀ
ਦੁਨੀਆ ਨੂੰ ਕੁਝ ਕਰਕੇ ਚਲੇ ਜਾਣਾ ਹੈ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਰੋਕੀ ਅਸਾਂ ਵੀ ਸਾਰਿਆਂ ਨੇ ਚਲੇ ਜਾਣਾ ਹੈ। ਜਿੱਥੇ ਸਤਸੰਗ ਜੀ ਇਹ ਕੀਰਤਨ ਇਹ ਕਥਾ ਵਿਚਾਰ ਗੁਰਬਾਣੀ ਦੇ ਪ੍ਰਭਾਵ ਸ੍ਰੀ ਆਤਮਾ ਆਪ ਚੱਲ ਰਹੇ ਨੇ, ਇਹ ਸਾਡੇ ਵਾਸਤੇ ਵੀ ਕਿ ਬੰਦਿਆ ਤੂੰ ਵੀ ਇੱਕ ਨਾ ਇੱਕ ਦਿਨ ਰਸਤੇ 'ਤੇ ਜਾਣਾ ਹੈ, ਉਸ ਮਾਲਕ ਦਾ ਨਾਮ ਸਿਮਰਿਆ ਕਰ। ਇਹ ਧੀਆਂ ਦੌਲਤ ਪੁੱਤਰ ਮਹਿਲ ਮਾਰੀਆਂ ਸਾਰਾ ਤੁਸੀਂ ਇੱਥੇ ਲੈ ਜਾਣਾ ਹੈ, ਜਿੰਨਾ ਮਰਜ਼ੀ ਧਨ ਇਕੱਠਾ ਕਰ ਲਾ, ਕੇਵਲ ਤੇ ਕੇਵਲ ਉਹ ਜੰਮਿਆ ਹੈ ਪਰ ਉਹਦਾ ਨਾਮ ਧਨ ਉਹ ਤੇਰੇ ਨਾਲ ਜਾਣਾ ਹੈ। ਸਾਸ ਆਓ ਭਗਤ ਕਬੀਰ ਜੀ ਇੱਕ ਸ਼ਬਦ ਅਗਰ ਸਮਝਾ ਰਹੇ ਨੇ, ਕਹਿੰਦੇ ਨੇ ਕਿ ਰਾਮ ਸਿਮਰ ਪਛਤਾਹੀ ਕਾ ਮਾਰੀ, ਪਾਪੀ ਜਿਹੜਾ ਰੂਪ ਕਲਤ ਹੈ ਅੱਜ ਕੱਲ੍ਹ ਅਸਲੀ ਸੱਜਣ ਬਣੀਏ ਸਤਿਗੁਰਾਂ ਦੀ ਗੁਰਬਾਣੀ ਨਾਲ ਜੁੜਨਾ ਕਰੀਏ। ਭਾਈ ਪਾਓ ਬਾਬਾ ਫਰੀਦ ਜੀ ਕੀ ਫਰਮਾਨ ਕਰ ਰਹੇ ਨੇ, ਸ਼ਬਦ ਦੀਆਂ ਪੌੜੀਆਂ ਪੜ੍ਹੀਆਂ, ਸ਼ਬਦ ਦੀ ਸਮਾਪਤੀ ਹੋ ਗਈ। ਜੋ ਮਨ ਚੇਤਨਾ ਚੇਤੇ ਸਨਾ ਸੋ ਗਲੀ ਰੱਬ ਦੀਆ ਬਣਿਆ
ਬੜਾ ਹੀ ਵਧੀਆ ਨੇਚਰ ਸੀ ਬਾਪੂ ਗਿਆਨ ਸਿੰਘ ਜੀ ਦਾ। ਲੰਘਦੇ ਬਣਦੇ ਆ ਜਾਣਾ, ਕਹਿਣਾ ਬਾਬਾ ਜੀ ਘਰ ਆਇਆ ਕਰੋ, ਬੈਠਿਆ ਕਰਾਂਗੇ, ਚਾਹ ਪਾਣੀ ਪੀਆ ਕਰਾਂਗੇ, ਆ ਜਾਣਾ। ਬਹੁਤ ਹੀ ਵਧੀਆ ਨੇਚਰ ਸੀ। ਸੋ ਸਤਿਗੁਰੂ ਦੀ ਕਿਰਪਾ ਕਰਨ ਹੁਣ ਮੈਂ ਭਾਈ ਨਿਰਮਲ ਸਿੰਘ ਜੀ ਪਿੰਡ ਫਿਨਲੈਂਡ ਵਾਲਿਆਂ ਨੂੰ ਬੇਨਤੀ ਕਰਾਂ ਜਗਾ ਕਿ ਜੋ ਦਸਤਾਰ ਬੰਦੀ ਦੀ ਰਸਮ ਹੋਵੇਗੀ, ਭਾਈ ਨਿਰਮਲ ਸਿੰਘ ਜੀ ਪਿੰਡ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਜਾਣ। ਸੋ ਜੋ ਕਿ ਦਸਤਾਰ ਬੰਦੀ ਦੀ ਰਸਮ ਪਿਛਲੇ ਬਣੇ ਦੇ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਵਾਹਿਗੁਰੂ ਦਾ ਜਾਪ ਹੋਵੇਗਾ ਉਪਰੰਤ ਉਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਗੁਰੂ ਦਾ ਲੰਗਰ ਛਕੇ ਤੋਂ ਬਿਨਾਂ ਨਾ ਜਾਵੇ। ਸੋ ਆਓ ਉਹਨਾਂ ਚਿਰ ਸਤਨਾਮ ਵਾਹਿਗੁਰੂ ਦਾ ਜਾਪ ਹੋਵੇਗਾ ਜੀ। ਹਾਂ